हाँ जी, की हाल आ सारे वीरां दा? होर की बांदा करदा मेरे वीरो? कूतर कवातर सैट आ भी सारिआं दे, घर परिवार ठीक है? लो बाबिओ, अज तुहाडे लई लैके आए हां एक वक्खरी चीज़, मतलब समथिंग डिफरेंट, कुछ नवां दिखाउणा है सानू, ठीक है? क्योंकि अज वेले बैठी सीगी यार, मौसम खराब है काफ़ी, है ना, तीन चार दिन का मीँह आई जाता बई, नेरी चल पैंदी है, ठीक है? बच्चे बुच्चे तो डाए नहीं, बाकी डाए सी कल, है ना, ਵਲੌਗ ਵੀ ਸ਼ੂਟ ਕੀਤਾ ਸੀਗਾ ਪਰ ਮੈਨੂੰ ਵਧੀਆ ਜਿਹਾ ਨਹੀਂ ਲੱਗਿਆ, ਹੈ ਨਾ, ਕੋਈ ਐਡਾ ਇੰਟਰਸਟਿੰਗ ਜਿਹਾ ਕੰਮ ਹੈ ਨਹੀਂ ਸੀਗਾ, ਫਿਰ ਤਾਂ ਹੀ ਮੈਂ ਬਣਾ ਕੇ ਸਾਰਾ ਸ਼ੂਟ ਕਰਕੇ ਡਿਲੀਟ ਕਰਤਾ ਬਾਅਦ 'ਚ। ਅਤੇ ਹੁਣ ਮੈਂ ਕਿਹਾ ਬੈਠੇ ਬੈਠੇ ਵਿਹਲੇ, ਹੈ ਨਾ, ਮੈਂ ਚੱਲ ਕੇ ਵੀਡੀਓ ਸ਼ੂਟ ਕਰ ਲਈਏ। ਲਓ ਬਾਬੇ, ਆ ਗਿਆ ਆਪਾਂ ਕਬੂਤਰਾਂ ਵਾਲੇ ਬੁੱਢੇ 'ਚ, ਠੀਕ ਆ। ਪਹਿਲਾਂ ਤਾਂ ਤੁਹਾਨੂੰ ਦੱਸ ਦਿੰਦਾ ਬਈ, ਇੱਧਰ ਸਾਰੇ ਕਬੂਤਰ ਹੈ, ਇੱਕ 20 ਕਬੂਤਰ ਹੀ ਹੈ ਇਸ ਖੁੱਡੇ 'ਚ, ਇੱਕ 20 ਸਿੰਗਲ ਕਬੂਤਰੀ ਵੀ ਹੈ ਨਹੀਂ ਯਾਰ ਕੋਈ ਇਹਦੇ 'ਚ, ਸਾਰੇ ਕਬੂਤਰ ਆ, ਦੇਖ ਲਓ ਏ ਟੂ ਜੈਡ ਸਾਰੇ ਮੇਲ, ਠੀਕ ਹੈ। ਘੋੜੇ ਆ ਬਾਬੇ ਸਾਰੇ ਸਾਰੇ, ਵੇਖੋ ਖਰੂ ਪੱਟੀ ਜਾਂਦੇ ਆ। ਇਹ ਗੁੱਡੇ ਤੁਹਾਨੂੰ ਦਿਖਾਉਣੇ ਆ ਬੱਚੇ, ਆਪਾਂ ਤੁਸੀਂ ਆਖੋ ਯਾਰ ਬਿਨਾਂ ਕਬੂਤਰੀ ਦੇ ਬੱਚੇ ਕਿਵੇਂ, ਹੈ ਨਾ। ਆ ਦੇਖੋ ਲਾਈਵ ਹੀ ਦਿਖਾ ਦਿੰਦਾ ਸਾਨੂੰ ਗੱਲ। ਲਓ ਜੀ, ਇੱਕ ਬੱਚਾ ਤੇ ਬੈਠਾ, ਠੀਕ ਹੈ, ਅਤੇ ਇੱਕ ਬੱਚਾ ਇੱਧਰ ਬੈਠਾ। ਇੱਕ ਮਿੰਟ, ਸਾਈਡ 'ਤੇ ਆਉਂ ਮਾੜਾ ਜਾ ਓਏ, ਪਾਸੇ 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 ਪਾਸੇ, ਹਾਂ ਲਓ ਜੀ ਆਇਆ ਪੁੱਤ ਬਾਹਰ, ਇੱਕ ਮਿੰਟ ਬੱਚੇ ਦਿਖਾ ਦਈਏ ਆਪਾਂ। ਲਓ ਜੀ ਦੋ ਬੱਚੇ ਰਹੇ, ਕਰੋ ਚੈੱਕ ਬਿਨਾਂ ਕਬੂਤਰੀ ਦੇ, ਤੁਹਾਡੇ 'ਚ ਕਬੂਤਰੀ ਹੈ ਨਹੀਂ ਇੱਕ ਵੀ, ਠੀਕ ਹੈ। ਅਤੇ ਇਹ ਬਾਬੇ ਕਬੂਤਰੀ ਪਾਲੀ ਜਾਂਦੇ ਬੱਚਿਆਂ ਨੂੰ, ਇਹ ਤੁਹਾਨੂੰ ਮੈਂ ਦੱਸਦਾ ਯਾਰ ਕੀ ਸੀਨ ਹੈ, ਠੀਕ ਹੈ। ਵੈਸੇ ਤੁਸੀਂ ਕਹਿੰਦੇ ਹੋਗੇ, ਹੈ ਨਾ ਬਈ, ਵੀ ਮਤਲਬ ਵੀ ਚਲੋ ਕਬੂਤਰੀਆਂ ਤਾਂ ਮੰਨਦੇ ਆ, ਹੈ ਨਾ ਬਈ, ਵੀ ਬੱਚੇ ਪਾਲ ਦਿੰਦੀਆਂ, ਪਰ ਕਬੂਤਰ ਕਿਵੇਂ ਬੱਚੇ ਪਾਲੀ ਜਾਂਦੇ ਆ? ਇਹ ਤਾਂ ਬਾਬੇ ਉਲਟਾ ਹੋਇਆ ਪਿਆ ਕੰਮ, ਆਪਣੇ ਕੋਲ ਕਬੂਤਰੀਆਂ ਬੱਚੇ ਨਹੀਂ ਪਾਲਦੇ, ਉਧਰਲੇ ਖੁੱਡੇ 'ਚ ਗੱਲਾਂ ਕਬੂਤਰੀਆਂ ਦੂਜੇ ਪਾਸੇ, ਉਹਨਾਂ ਥੱਲੇ ਵੀ ਆਂਡੇ ਬਦਲ ਕੇ ਦੇਖਿਆ, ਉਹ ਬੱਚੇ ਮਾਰ ਦਿੰਦੀਆਂ, ਪਰ ਬਈ ਆਪਾਂ ਕਬੂਤਰਾਂ ਥੱਲੇ ਆਂਡੇ ਧਰ ਦਿੰਦੇ ਹਾਂ, ਇਹ ਬੱਚੇ ਪਾਲ ਕੇ ਦੇ ਦਿੰਦੇ ਆਪਾਂ ਨੂੰ ਵਧੀਆ, ਪਹਿਲਾਂ ਵੀ ਪਲਾਏ ਹੋਏ ਨਾ ਦੋ ਦੋ ਚਾਰ ਬੱਚੇ। ਚੱਕਰ ਕੀ ਯਾਰ, ਨਾ ਕਬੂਤਰ ਸਿੱਧੀ ਜੀ ਗੱਲ ਆ, ਫਿਰਦੇ ਸਿੰਗਲ, ਇਹ ਬਹੁਤ ਟਾਈਮ ਹੋ ਗਿਆ ਵੀ ਇਹਨਾਂ ਨੂੰ, ਠੀਕ ਹੈ। ਮੈਨੂੰ ਲੱਗਦਾ ਵੀ ਪਿਛਲੇ ਸਾਲ ਜੋੜੀਆਂ ਲਾਈਆਂ ਸੀਗੀਆਂ ਲਗਭਗ, ਬਾਬੇ ਉਹ ਇੱਕ ਡੇਢ ਸਾਲ ਹੋ ਗਿਆ, ਇੱਕ ਸਾਲ ਹੋ ਗਿਆ ਮੈਨੂੰ ਲੱਗਦਾ ਇਹਨਾਂ ਤੋਂ ਬੱਚੇ ਨਹੀਂ ਕਢਾਏ ਆਪਾਂ, ਠੀਕ ਹੈ। ਬੱਚੇ ਛੱਡਣ ਨੂੰ ਕਬੂਤਰੀ ਵੀ ਨਹੀਂ ਦਿਖਾਇਆ ਯਾਰ, ਕਬੂਤਰੀ ਵੀ ਨਹੀਂ ਦਿਖਾਈ ਇਹਨਾਂ ਨੂੰ, ਪਤਾ ਨਹੀਂ ਬਾਬੇ ਸ਼ਬਦਾਂ 'ਚ ਥੋੜ੍ਹੀ ਜਿਹੀ ਗੜਬੜ ਹੋ ਰਹੀ ਹੈ, ਪਤਾ ਨਹੀਂ ਕੀ ਬੋਲੀ ਜਾਂਦਾ ਮੈਂ। ਸਿੱਧੀ ਜੀ ਗੱਲ, ਮੈਂ ਸੁੱਤਾ ਉੱਠ ਕੇ ਆਇਆ ਬਈ ਯਾਰ, ਐਂ ਆਪਣੀ ਮਾਰਦਾ ਪਿਆ ਸੀਗਾ ਅੰਦਰ, ਅਤੇ ਆ ਕੇ ਇੱਥੇ ਬੈਠਾ ਰਿਹਾ ਮੈਂ, ਸੋਚੀਆ ਕੀ ਕਰੀਏ, ਫਿਰ ਮੈਂ ਚੱਲ ਵੀਡੀਓ ਵੀ ਬਣਾ ਦਿੰਦੇ, ਹੈ ਨਾ, ਅਤੇ ਤਾਂ ਕਰਕੇ ਮੈਂ ਚੱਲ ਵੀਡੀਓ ਸ਼ੂਟ ਕਰਨ ਲੱਗ ਗਿਆ ਇੱਧਰ ਆ ਕੇ। ਅਤੇ ਗੱਲ ਕਰੀਏ ਸੀ ਆਪਾਂ ਬੱਚਿਆਂ ਦੀ, ਵੀ ਇਹ ਕਬੂਤਰ ਜੋੜੀਆਂ ਨਹੀਂ ਲਾਂਗਾ, ਵੀ ਬਹੁਤ ਟਾਈਮ ਹੋ ਗਿਆ ਵਿਹਲੇ ਫਿਰਦੇ ਜਾ ਵਾ, ਅਤੇ ਕਬੂਤਰ ਕਬੂਤਰ ਆਪਸ 'ਚ ਲੱਗੇ ਪਏ ਆ, ਜਿਵੇਂ ਇਹਦੇ ਨਾਲ ਲੱਗਿਆ ਯਾਰ, ਇਹਦੇ ਨਾਲ ਲੱਗਿਆ, ਇੱਕ ਮਿੰਟ, ਇਹਦੇ ਨਾਲ ਰੱਤਾ ਲੱਗਿਆ ਯਾਰ, ਹਾਂ ਆ ਬੈਠਾ, ਇਹਦੇ ਨਾਲ ਰੱਤਾ ਲੱਗਿਆ ਹੈ, ਅਤੇ ਉਹ ਯਾਰ ਲਗੇ ਨਾਲ ਲੱਗਿਆ ਯਾਰ, ਇੱਕ ਮਿੰਟ, ਲਗੇ ਨਾਲ ਲੱਗਿਆ ਮੇਰੇ ਵੀਰੋ, ਪਤਾ ਨਹੀਂ ਯਾਰ ਇੱਥੇ ਫਿਰਦੇ, ਸ਼ਾਇਦ ਤਿੰਨ ਪਾਲੀ ਜਾਂਦੇ ਆ, ਤਿੰਨ ਕਬੂਤਰ ਦੋ ਬੱਚੇ ਪਾਲੀ ਜਾਂਦੇ, ਇੱਕ ਲਗਾ ਲਗੇ ਨਾਲ ਦੋ ਸਪੋਰਟਰ ਹੋ ਰਹੇ ਇਹਦੇ, ਅਤੇ ਆਹ ਦੋਵੇਂ ਇੱਕ ਬੱਚਾ ਪਾਲੀ ਜਾਂਦੇ ਆ, ਅਤੇ ਆਹ ਵੀ ਜੋੜੀ ਲੱਗੀ ਵੀ ਆ ਦੋਵੇਂ ਕਬੂਤਰਾਂ ਦੀ, ਇਹ ਤਾਂ ਬਾਕੀ ਡਾਉਣੇ ਐਤਕੀ, ਇਹ ਤਾਂ ਆਪਾਂ ਜਿੱਦਾਂ ਪੱਟ ਰੱਖੇ ਆ ਇਹਨਾਂ ਨੂੰ ਤਾਂ ਛੱਡਾਂਗੇ, ਅਤੇ ਜਿੰਨਾ ਮਤਲਬ ਜਿਹੜੇ ਨਹੀਂ ਕੰਮ ਦੇ ਸੀ ਆਪਾਂ ਉਹਨਾਂ ਤੋਂ ਹੀ ਬੱਚੇ ਪਲਾਏ ਆ, ਇਹ ਰੋਕੇ ਹੋਏ ਸੀਗੇ, ਹੈ ਨਾ, ਬਾਕੀ ਲਗਾ ਵੀ ਆਪਣੇ ਕੀ ਕੰਮ ਦਾ, ਮੈਂ ਚੱਲੇ ਵੀ ਬੱਚੇ ਪਾਲ ਦੇਣਗੇ। ਚਲੋ ਮੈਂ ਵੀਡੀਓ ਬਣਾ ਦੇ ਤੁਹਾਡੇ ਲਈ, ਹੈ ਨਾ, ਇੱਕ ਮਿੰਟ ਆਹ ਬੱਚਾ ਦਿਖਾ ਕੇ ਸਮਝਾ ਕੇ, ਉਹ ਖੜ ਜਾ, ਦੇਖੋ ਵਧੀਆ ਪਾਲੀ ਜਾਂਦੇ ਆ ਬਈ ਇਹ, ਬਾਕੀ ਦਿਖਾਵਾਂਗੇ, ਹੈ ਨਾ, ਜਦੋਂ ਬੱਚੇ ਪ੍ਰੋਪਰ ਪੂਰੇ ਵੱਡੇ ਕਰਦੇ ਇਹਨਾਂ ਨੇ, ਹੈ ਨਾ, ਪੂਰੇ ਡਾਰ ਕਰਦੇ, ਉਦੋਂ ਵੀ ਇਹਨਾਂ ਦੀ ਵੀਡੀਓ ਪਾਵਾਂਗੇ ਇੱਕ ਆਪਾਂ, ਠੀਕ ਹੈ। ਬਾਕੀ ਮਰਦੇ ਤਾਂ ਹੁਣ ਐ ਨਹੀਂ, ਇਹ ਤਾਂ ਤੁਹਾਨੂੰ ਦੱਸਤਾ ਮਰਨ ਵਾਲੀ ਸਟੇਜ ਤੋਂ ਤਾਂ ਲੰਘ ਗਏ ਇਹ, ਠੀਕ ਹੈ। ਬੱਚਾ ਕਦੋਂ ਮਰਦਾ ਕਬੂਤਰਾਂ ਥੱਲੇ, ਜਦੋਂ ਛੋਟਾ ਹੁੰਦਾ, ਛੋਟੇ ਹੁੰਦੇ ਨੂੰ ਕਈ ਵਾਰ ਇਹ ਚੋਗ ਚਾਗ ਨਹੀਂ ਦਿੰਦੇ, ਹੈ ਨਾ, ਅਣਗਹਿਲੀ ਕਰ ਦਿੰਦੇ ਆ, ਉਦੋਂ ਮਰ ਸਕਦਾ ਬੱਚਾ, ਉਹ ਸਟੇਜ 'ਚੋਂ ਤਾਂ ਲੰਘ ਗਏ ਹੁਣ ਬਈ ਇਹ, ਠੀਕ ਹੈ, ਮਰਨ ਵਾਲਾ ਕੰਮ ਨਿਬੜ ਗਿਆ। ਜਦੋਂ ਵੱਡੇ ਹੋਗੇ ਉਦੋਂ ਹੀ ਵੀਡੀਓ ਪਾਵਾਂਗੇ ਇਹਨਾਂ ਦੀ। ਕਬੂਤਰ ਬਾਬਿਓ, ਓਨਲੀ ਕਬੂਤਰ ਦੇਖ ਲਓ, ਇੱਕ 20 ਕਬੂਤਰੀ ਹੈ ਨਹੀਂ ਇਹਨਾਂ 'ਚ, ਇੱਕ 20 ਸਾਰੇ ਕਬੂਤਰ ਆ ਜੀ, ਇਹਨਾਂ ਦੀ ਵੀ ਜੋੜੀ ਲੱਗੀ ਪਈ ਆਪਸ 'ਚ, ਦੇਖ ਦੋ ਕਬੂਤਰਾਂ ਕਬੂਤਰਾਂ ਦੀ, ਇਹਦੀ ਵੀ ਲੱਗੀ ਹੈ ਸ਼ਾਇਦ, ਪਤਾ ਨਹੀਂ ਕਿਹਦੇ ਨਾਲ, ਸਾਰੇ ਮਿਲੇ ਪਏ ਆਪਸ 'ਚ ਬਾਈ ਯਾਰ। ਆਹ ਦੇਖੋ ਦੂਜਾ ਕੰਮ ਵੀ ਕਰੀ ਜਾਂਦੇ ਇੱਧਰ, ਕੈਮਰੇ 'ਚ ਨਹੀਂ ਰਿਕਾਰਡ ਹੋ ਪਾਇਆ, ਸਾਰੇ ਕਬੂਤਰ ਐਕਟੀਵੇਟ,
ਬਾਕੀ ਚਲੋ ਕਿਸੇ ਦਿਨ ਡਿਟੇਲ ਚ ਵੀ ਸਾਰੇ ਕਬੂਤਰ ਦਿਖਾ ਦਾਂਗੇ ਆਪਾਂ ਕਰਾ ਦਾਂਗੇ ਸ਼ੌਂਕ ਕੋਈ ਚੱਕਰ ਵਾਲੀ ਗੱਲ ਨੀ ਠੀਕ ਆ ਸਾਰੇ ਕਬੂਤਰਾਂ ਦੇ ਠੱਲਾਂ ਪਾਈਆਂ ਹੋਈਆਂ ਆਪਣੇ ਦੇ ਟੂ ਜੈਡ ਜਿੰਨੇ ਵੀ ਹੈ ਠੀਕ ਹੈ ਮੇਨ ਬੱਚੇ ਦਿਖਾਉਣੇ ਸੀ ਬਈ ਸਾਨੂੰ ਵੀ ਕਬੂਤਰ ਕਬੂਤਰ ਵੀ ਬੱਚੇ ਪਾਲ ਸਕਦੇ ਆ ਬਈ ਨਾਲੇ ਮੈਂ ਇੱਕ ਗੱਲ ਹੋਰ ਕਹਿਣਾ ਵੀ ਕਬੂਤਰੀਆਂ ਨਾਲੋਂ ਕਬੂਤਰ ਜ਼ਿਆਦਾ ਕੇਅਰ ਕਰਦੇ ਆ ਬੱਚਿਆਂ ਦੀ ਠੀਕ ਹੈ ਕਿ ਨਹੀਂ ਉਹ ਦੇਖੋ परले पासे खुड अपना कबूतर नाल ठीक है उधर हो रहा उन्हां थले भी आंडे बदले सीगे आपां ते पर कबूतरियां ने नहीं पाले बच्चे बई उन्होंने मारते यार कबूतर वधिया पाली जांदे आ इधर तो एक ही निकलिया सीगा एक अंडा पिलिया सीगा पता नहीं फोका सीगे पिल गया सी वो मैनू ध्यान च नहीं गया एक बच्चा इन्होंने कढ़िया सी एक वधगा पालता दो बच्चे उन्होंने कढ़े दोवें वो पाली जांदे ठीक है अंडे यार उधरों धरे सीगे चक के मैं वो पिंजरे वालियां दे उन्होंने हुण आए पक्का याद नहीं आना भी कि जुड़ी दे सीगे बस इन्ना पता भी अंडे बदलते सी आपां उड़ने वाले अपने मेन जोड़ने वाले चलो कोई ना तो वड्डे होए तो उदों पता लगेगा भी किहड़े बच्चे है ये तो बस ठीक है मेरे वीर हुण यही सीगा अज दी वीडियो च मैं तुहानूं दिखा के समथिंग डिफरेंट कुछ नवा शौक कराइए तुहानूं आपां भी कबूतर भी बच्चे पाल सकते हैं भाई ठीक है कबूतर भी मैनूं लगता शायद ना कबूतर ज़्यादा केयरिंग होंदे आ बच्चों के मामले कबूतरां नालों कबूतरां छड्ड जांदियां बच्चों पर कबूतर पाल दिंदे आ भाई बच्चे ठीक है बाकी इत्थे तां कबूतरी हुण इक भी आ देखो एक भी कबूतरी है तो दिखा दो मैंने खुडे च सब कबूतर है टू जेडे जिन्ने भी है कबूतर के बच्चे पलाई जाने आप कारण सू दसा ही है भी लगभग साल डेढ़ साल हो गया बेचारे सिंगल फिरते सारे है ना जोड़ियां नहीं लगियां अपने तो जोड़ियां लाइया है पर कुछ लिमिटेड जोड़ियां ही लाइया आप देखो तीन चार जोड़ियां बस उन्होंने कढ़ाए बच्चे आप तीन चार तो उत्थे है तो एक दो पासे लाइया सी आप ठीक है जोड़ियां भी शायद सू जड़ा लाइया सी बाकी थोड़ी जी हाइड ही रखना वो चल कोई गल नहीं हाँ ये बच्चे आ तिने पाली जाते सू मैं दिखा देना एक तो आ गया ये वे बूटे का पट्ठा लगता मैं ठल नहीं पाई ये याद नहीं मैं पक्का एक ये हो गया एक अपना और लगा हो गया एक आ हो गया हाँ एक आ हो गया आ वाला किधर पाई दें एक बार जूम कटाई पलता वो याद पीलिया अखा का वे बूटे का पट्ठा ये पाली जाते बाकी आ बच्चे तुम कहने है ना बी भी जिद्दी खड़ा कप तू तो लठे ताड़ी पे बच्चे ये सूँ पिछली वीडियो दसा ही सभी भी किमें लिया है ना ये हजे अपने को बैठे है ये जे कोई लठिया का शकीन भरा होया है ना लग्या का फैंसिया का आ फैंसी हूँ आए नहीं पता कि होंगे बी ये टोपी जी वाले तो ये आप देवे यार एक आ होया आ भी लठा आ भी लठा आ उड़ना है उदू पिछला भी लठा जी है मतलब अपन नसल नहीं पता कि है ना इन्ना पता भी फैंसी है दूजे है तो यही हो गए शायद एक तो होर हो इन्हें ये आप जो शौकी होया जो फैंसिया का शौकी होया कोई भरा है ना कोई यार मित्र उन्होंने फड़ा देंगे तो आ लगा तो अपना भी करता ही है इन्हों का लग्या का भी शौक है मैं फैंसिया का इन्हों का सोच रहा भी मैं एक अलग खुडा तैयार करा है ना तो बाकी देने भी कट्ठे ही फिरदा कोई चक्कर नहीं बी बदगा नज़र नहीं लगती सीधी जी गल नज़र नहीं लगती है ना दूजा बिच फिर जेडे बस ना मैं कबूतरों का शौक ही कराने लग गया दिखाने का सू मेन आप बच्चे सीगे भी कबूतर कबूतर आपस मिल के बच्चे पाली जाते हैं है तो चमत्कार ही वैसे यार है ना चलो मानते हैं भी कबूतरिया तो फोके आंडे धर लेंदियां भी फोके आंडे धर लेंदियां जो उन्होंने सिर तो आप आंडे बदल दें है ना ये सोचने वाली गल है भी कबूतर फोके आंडे धर दें आपस मिल के उन्होंने थले चलो आप मानते हैं भी आंडे बदल के बच्चे कढ़ा लेंगे इन्होंने कड़ा आंडे धरे है इन्होंने कोई आंडा नहीं धरिया कुछ नहीं धरिया ठीक है तो बस माल ने जो लिया के इतने आंडे रखते तो जिहड़ियां जोड़ियां मिलियां सी वो आपे आंडे ते बैठन लग गईयां कबूतरां दियां ठीक है कि नहीं तो वधिया अपना काम लोट आ गया भी बच्चे पाल देणगे आपां नूं वेले बैठे है ना तो ये वीडियो का पार्ट टू शेयर करांगे तुहाडे नाल जरूर आपां वो देखो वो देखो पता लग गया प्यो प्यो ही आओ देखो सारे लड़ी जाते बच्चे बच्चे पालने पिछे लड़ी जाते अंदर
ਕਹਿੰਦੇ ਪਿਓ ਪਿਓ ਰਲ ਕੇ ਬੱਚੇ ਪੜ੍ਹਨਗੇ ਮੇਰੇ ਵੀਰੋ ਬਿਨਾ ਮਾਂ ਤੋਂ। ਨਹੀਂ ਸਹੀ ਹੈ ਯਾਰ, ਵਧੀਆ ਚੱਲ ਕੰਮ ਲੱਗੇ ਇਹ ਵੀ ਵਿਚਾਰੇ ਹਨਾ। ਇਹ ਵੀਡੀਓ ਦਾ ਪਾਰਟ 2 ਜ਼ਰੂਰ ਸ਼ੇਅਰ ਕਰਾਂਗੇ ਹੁਣ ਜਦੋਂ ਬੱਚੇ ਪੜ ਕੇ ਪੂਰੇ ਤਿਆਰ ਹੋ ਗਏ ਬਾਈ ਬਾਬੇ ਪ੍ਰੋਪਰ ਵੱਡੇ ਹੋ ਗਏ ਉਦੋਂ ਦਿਖਾਵਾਂਗੇ ਠੀਕ ਹੈ ਕਿ ਨਹੀਂ। ਅਤੇ ਕਬੂਤਰ ਵੀ ਮੇਰੇ ਵੀਰੋ ਹਨਾ ਵਧਾਈ ਦੇ ਪਾਤਰ ਹੈ ਜਿਹੜੇ ਬੱਚੇ ਪਾਲੀ ਜਾਂਦੇ ਹੈਗੇ। ਚਲੋ ਬਸ ਕਰੀ ਹੈ ਨਾ, ਵੀਡੀਓ ਨੂੰ ਬਹੁਤ ਖਿੱਚ ਲਿਆ, ਆਪਾਂ 10 ਮਿੰਟਾਂ ਦੀ ਕਰਤੀ ਭਕਾਈ ਜੀ ਮਾਰ ਮਾਰ ਕੇ ਹਨਾ। ਅਤੇ ਕੋਈ ਚੱਕਰ ਨਹੀਂ, ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਨਾਲ, ਕੰਮ ਦੀ ਵੀਡੀਓ ਲੈ ਕੇ ਆਵਾਂਗੇ ਉਦੋਂ ਬਾਅਦ ਬਾਬਿਓ। ਹੁਣ ਬਾਜੀਆਂ ਚੱਲਣ ਵਾਲੀਆਂ, ਬਾਜੀਆਂ ਦੇ ਰਿਲੇਟਡ ਵੀਡੀਓ ਲੈ ਕੇ ਆਇਆ ਕਰਾਂਗੇ ਵਧੀਆ ਵਧੀਆ ਹਨਾ। ਬਸ ਠੀਕ ਆ ਬਈ, ਫਿਰ ਮਿਲਦੇ ਕਿਸੇ ਨਵੀਂ ਵੀਡੀਓ ਨਾਲ। ਬਾਏ ਬਾਏ ਸਾਰਿਆਂ ਨੂੰ।